ਇੰਨੀ ਵਰਸ਼ ਹੋ ਗਏ ਨੇ ਇਸ ਵੀਲਚੇਅਰ 'ਚ ਬੈਠੇ ਹੋਏ, ਲੇਕਿਨ ਇਸ ਸਰੀਰ ਮੇਂ ਪਹਿਲੇ ਕਿਸੀ ਮਹਿਲਾ ਕੋ ਕੁਰਸੀ ਸੇ ਬੈਠ ਕੇ ਇਸ ਤਰ੍ਹਾਂ ਨਿਕਲ ਜਾਣਾ ਕਿ ਉਹਨਾਂ ਨੇ ਮੋਟਰਸਾਈਕਲ ਵੀ ਚਲਾਏ, ਉਹਨਾਂ ਨੇ ਤੈਰ ਕੇ ਨਦੀ ਵੀ ਪਾਰ ਕਰਕੇ ਰਿਕਾਰਡ ਬਣਾ ਲਿਆ, ਫਿਰ ਭਾਰਤ ਲਈ ਪਹਿਲਾ ਮੈਡਲ ਲੈ ਕੇ ਬਾਹਰ ਤੋਂ ਆਈ। ਅੱਜ ਲਗਭਗ 19 ਵਰਸ਼ ਸੇ ਮੈਂ ਇਸ ਕੁਰਸੀ ਪਰ ਇੱਕ ਬਹੁਤ ਅੱਛੀ ਜ਼ਿੰਦਗੀ ਜੀ ਰਹੀ ਹੂੰ। ਉਹ ਜੋ ਪਹਿਲਾ ਸਾਲ ਸੀਗਾ ਉਹਨਾਂ ਨੇ ਮੈਨੂੰ ਤੋੜਤਾ, ਸਰੀਰ ਜਿਹੜਾ ਮੇਰਾ ਪੈਰਾਲਾਈਜ਼ ਹੋਇਆ ਸੀ, ਛਾਤੀ ਦੇ ਥੱਲਿਆਂ ਦਾ ਪੂਰਾ ਹਿੱਸਾ ਮੇਰਾ ਲਕਵਾ ਗ੍ਰਸਤ ਹੈਗਾ, ਇਹਦੇ ਵਿੱਚ ਕੋਈ ਕੰਟਰੋਲ ਨਹੀਂ ਹੈਗਾ। ਮੈਂ ਕਿਹਾ ਦੀਪਾ ਕੀ ਚਾਹੀਦਾ, ਤੂੰ ਸਾਰੀ ਜ਼ਿੰਦਗੀ ਰੋਤੀ ਰਹੇਗੀ ਅਤੇ ਤੇਰੀ ਦੋ ਮੇਰੀ ਕੁੜੀਆਂ ਹੈ, ਇੱਕ 7 ਸਾਲ ਦੀ, ਇੱਕ 3 ਸਾਲ ਦੀ, ਮੈਂ ਉਹਨਾਂ ਦੇ ਅੱਗੇ ਕੀ ਉਦਾਹਰਣ ਰੱਖ ਰਹੀ ਹਾਂ। ਚੈਸਟ ਬਿਲੋ ਪੈਰਾਲਿਸਿਸ ਬਾਵਜੂਦ ਵੀ ਮੈਨੇ ਬਾਈਕਾਂ ਚਲਾਈਆਂ, ਮੈਨੇ ਕਾਰ ਰੈਲੀਆਂ ਕੀਤੀਆਂ, ਸਵਿਮਿੰਗ ਕੀਤੀ ਹੈ, ਮੈਂ ਸਪੋਰਟਸ ਅੱਜ ਵੀ ਖੇਡ ਰਿਹਾ। ਮੈਂ 48 ਸਾਲ ਦੀ 49 ਸਾਲ ਦੀ ਮੇਰੀ ਉਮਰ ਹੈਗੀ, ਹਾਲੇ ਵੀ ਮੈਂ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦੇ ਅੰਦਰ ਏਸ਼ੀਅਨ ਗੇਮ ਦੀ ਤਿਆਰੀ ਕਰ ਰਹੀ ਹਾਂ। ਰੀਓ ਵਿੱਚ ਮੈਡਲ ਦੀ ਲੜਾਈ ਤਾਂ ਕਾਫੀ ਸਟਰਗਲ ਵਾਲੀ ਰਹੀ, ਲੋਕਾਂ ਨੇ ਸੋਚਿਆ ਦੈਟ ਇਹਨਾਂ ਨੇ ਘਰ ਵਾਲੇ ਦਾ ਸਹਾਰਾ ਹੀ ਚਾਹੀਏ ਹੋਣਾ, ਇਨਕੋ ਘਰ 'ਚ ਰੱਖਣਾ ਜ਼ਰੂਰੀ ਹੈ, ਸਾਰੇ ਘਰ ਵਾਲੇ ਸਾਰੇ ਤਾਂ ਬਣ ਗਏ ਹੀਰੋ, ਕਹੀਂ ਪੇ ਦੀਪਾ ਖੋ ਗਏ। ਸੋਚ ਕੋ ਸਾਹਮਣੇ ਲਾਣਾ ਥਾ ਕਿ ਇੱਕ ਅਪੰਗ ਮਹਿਲਾ ਵੀ ਸੋਚ ਸਕਤੀ ਹੈ, ਕੰਮ ਕਰ ਸਕਤੀ ਹੈ, ਦੇਸ਼ ਕਾ ਨਾਮ ਉੱਚਾ ਕਰ ਸਕਤੀ ਹੈ। ਜੈਵਲਿਨ ਕਰਤੇ ਕਰਤੇ ਏਸ਼ੀਅਨ ਰਿਕਾਰਡ ਜੈਵਲਿਨ ਕਾ ਕਰਤੇ ਕਰਤੇ 2014 ਦੇ ਬਾਅਦ ਸਡਨਲੀ ਇਹ ਨਵਾਂ ਇੱਕ ਖੇਲ ਅੱਗੇ ਆਇਆ ਜਿਹੜਾ ਸ਼ੋਟ ਪੁੱਟ ਸੀਗਾ, ਜੋ ਮੈਂ 4 ਵਰਸ਼ ਤੋਂ ਕਦੇ ਕੀਤਾ ਨਹੀਂ ਸੀ ਇੰਟਰਨੈਸ਼ਨਲੀ।